ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ ਜਲੰਧਰ। ਵੀਜ਼ਾ ਐਪਲੀਕੇਸ਼ਨ ਸੈਂਟਰ ਕੈਨੇਡਾ ਵੀਜ਼ਾ ਫਾਰਮ ਜਮ੍ਹਾਂ ਕਰਾਉਣ ਅਤੇ ਬਾਇਓਮੈਟ੍ਰਿਕ ਕਰਵਾਉਣ ਵਾਲਿਆਂ ਲਈ ਨਵੇਂ ਰੂਲਸ ਦੇ ਮੁਤਾਬਕ ਹੁਣ ਜਨਵਰੀ 2019 ਤੋਂ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਕੈਨੇਡਾ ਗੌਰਮੈਂਟ ਵੱਲੋਂ ਬਾਇਓਮੈਟ੍ਰਿਕ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਸੁਚੇਤ ਕਰਦੇ ਹਾਂ ਕਿ ਆਪਣੀ ਬੁੱਕ ਕੀਤੀ ਅਪੁਆਇੰਟਮੈਂਟ ਦੇ ਸਮੇਂ ਪਹੁੰਚਣਾ ਲਾਜ਼ਮੀ ਹੈ। ਥੋੜ੍ਹਾ ਸਮਾਂ ਲੇਟ ਹੋਣ 'ਤੇ ਆਪਦੀ ਅਪੁਆਇੰਟਮੈਂਟ ਕੈਂਸਲ ਹੋ ਸਕਦੀ ਹੈ, ਆਪ ਨੂੰ ਜੁਰਮਾਨਾ ਵੀ ਭਰਨਾ ਪੈਂਦਾ ਹੈ ਅਤੇ ਨਵੀਂ ਅਪੁਆਇੰਟਮੈਂਟ ਬੁੱਕ ਕਰਵਾਉਣੀ ਪੈਂਦੀ ਹੈ। ਇਸ ਲਈ ਸਮੇਂ ਤੋਂ ਪਹਿਲਾਂ ਪਹੁੰਚ ਕੇ ਆਪਣੇ ਬਾਇਓਮੈਟ੍ਰਿਕ ਕਰਵਾਉਣ 'ਚ ਲਾਭ ਉਠਾਓ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਆਪਾਂ ਇੱਥੇ ਕੈਨੇਡਾ VFS ਆਏ ਸੀਗੇ ਜਲੰਧਰ, ਅਤੇ ਮੈਂ ਆਪਣੇ ਫਰੈਂਡ ਦੇ ਨਾਲ ਉਹਨਾਂ ਦੀ ਫਾਈਲ ਜਮ੍ਹਾਂ ਕਰਵਾਉਣ ਆਇਆ ਸੀਗਾ। ਐਕਚੁਲੀ ਆਪਾਂ ਟਾਈਮ ਤੋਂ 5 ਮਿੰਟ ਲੇਟ ਹੋ ਗਏ ਅਤੇ ਸਾਨੂੰ ਨਾ ਉਹਨਾਂ ਨੇ ਫਾਈਲ ਜਮ੍ਹਾਂ ਕਰਨ ਨਹੀਂ ਦਿੱਤੀ, ਅਤੇ ਜਿਹੜੀ ਜਲਦੀ ਉਸੇ ਟਾਈਮ ਫਾਈਲ ਜਮ੍ਹਾਂ ਕਰਵਾਉਂਦੇ ਆ ਉਹ ਐਕਸਟਰਾ ਚਾਰਜਿਸ ਹੈਗੇ ਆ ਜੀ 2600 ਰੁਪਇਆ। ਠੀਕ ਹੈ ਜੀ, ਅਤੇ ਮੈਂ ਸਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਲੀਜ਼ ਟਾਈਮ ਦੇ ਨਾਲ ਆਓ, ਆਪਣਾ ਆਪਣੇ ਹਮੇਸ਼ਾ 15 ਮਿੰਟ ਪਹਿਲੇ ਪਹੁੰਚੋ ਇੱਥੇ ਜਿੰਨੇ ਵੀ ਫਾਈਲ ਜਮ੍ਹਾਂ।